ਸੰਤਨੀ ਅਲਫੋਂਸਾ ਕੇਰਲ ਦੀ ਮਹਾਨ ਸੰਤਨੀ ਸਨ ਅਤੇ ਭਾਰਤ ਦੀ ਪਹਿਲੀ ਸੰਤਨੀ ਹੈ। ਅੱਜ ਇਸ ਸੰਤਨੀ ਦੇ ਪਵਿੱਤਰ ਜੀਵਨ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕਾਂ ਨੇ ਖੁਦਾ ਦੇ ਰਾਹ ਨੂੰ ਅਪਣਾਇਆ। ਆਓ ਇਸ ਮਹਾਨ ਸੰਤਨੀ ਦੇ ਜੀਵਨ 'ਤੇ ਚਾਨਣਾ ਪਾਈਏ। ਜੂਲਾਈ 28 ਸੰਤਨੀ ਅਲਫੋਂਸਾ ਮੁਟਦਪਾੜਮ। ਸੰਤਨੀ ਅਲਫੋਂਸਾ ਦਾ ਜਨਮ 19 ਅਗਸਤ 1910 ਵਿਖੇ ਹੋਇਆ ਸੀ। ਉਹਨਾਂ ਦੇ ਮਾਤਾ ਪਿਤਾ ਜੋਸਫ ਅਤੇ ਮੇਰੀ ਦੋਨੋਂ ਧਰਮੀ ਲੋਕ ਸਨ। ਉਹਨਾਂ ਦਾ ਜਨਮ ਕੁੜਮਾਲੂਰ ਵਿਖੇ ਹੋਇਆ ਸੀ। ਉਹਨਾਂ ਦੇ ਬਾਪਤਿਸਮੇ ਦਾ ਸਮਾਂ ਉਹਨਾਂ ਨੂੰ ਅੰਨਾ ਨਾਮ ਦਿੱਤਾ ਗਿਆ ਸੀ। ਬਚਪਨ ਤੋਂ ਵੀ ਸੰਤਨੀ ਅਲਫੋਂਸਾ ਨੇ ਇੱਕ ਧਾਰਮਿਕ ਭੈਣ ਅਤੇ ਸੰਤਨੀ ਬਣਨ ਲਈ ਫੈਸਲਾ ਕੀਤੀ ਸੀ। ਬਚਪਨ ਵਿੱਚ ਉਹਨਾਂ ਦੀ ਮਾਂ ਦੀ ਮ੍ਰਿਤੀ ਹੋ ਗਿਆ। ਇਸ ਕਰਕੇ ਉਹਨਾਂ ਦੇ ਇੱਕ ਚਾਚੀ ਨੇ ਉਹਨਾਂ ਦੀ ਦੇਖਭਾਲ ਕੀਤਾ ਅਤੇ ਉਹਨਾਂ ਨੂੰ ਰੂਹਾਨੀ ਸ਼ਿਕਸ਼ਾ ਦਿੱਤਾ ਸੀ। ਉਹਨਾਂ ਦੀ ਜ਼ਿੰਦਗੀ ਵਿੱਚੋਂ ਅਸੀਂ ਪੜ੍ਹਦੇ ਆਵਾਂਗੇ, ਉਹਨਾਂ ਨੂੰ ਇੱਕ ਧਾਰਮਿਕ ਭੈਣ ਵਿਖੇ ਵੱਖ ਵੱਖ ਰੁਕਾਵਟ ਸੀ। ਉਹਨਾਂ ਦੀ ਚਾਚੀ ਅਤੇ ਰਿਸ਼ਤੇਦਾਰ ਉਹਨਾਂ ਨੂੰ ਇਜਾਜ਼ਤ ਦੇਣ ਲਈ ਤਿਆਰ ਨਹੀਂ ਸੀ। ਪਰ ਸੰਤਨੀ ਲੀਸੀ ਉਹਦੇ ਸੰਤਨੀ ਤਰੇਸੇ ਦੀ ਜ਼ਿੰਦਗੀ ਪੜ੍ਹ ਕੇ ਉਸ 'ਤੇ ਪ੍ਰਭਾਵਿਤ ਹੋ ਕੇ ਸੰਤਨੀ ਅਲਫੋਂਸਾ ਨੇ ਫੈਸਲਾ ਕੀਤਾ ਹੈ ਕਿ ਮੈਂ ਆਪਣੀ ਜ਼ਿੰਦਗੀ ਖੁਦਾ ਨੂੰ ਅਤੇ ਖੁਦਾ ਦੇ ਰਾਜ ਲਈ ਦੇਣਾ ਹੈ। ਆਕਰ ਵਿਖੇ ਉਹਨਾਂ ਦੇ ਬਾਪ ਅਤੇ ਚਾਚੀ ਨੇ ਉਹਨਾਂ ਨੂੰ ਇਜਾਜ਼ਤ ਦੇ ਦਿਆ। 1928 ਵਿਖੇ ਸੰਤਨੀ ਅਲਫੋਂਸਾ ਬਣੀਆਂ ਵਿਖੇ ਕਲਾਰਿਸ ਜਮਾਤ ਵਿਖੇ ਸ਼ਾਮਲ ਹੋ ਗਿਆ ਸੀ। ਉੱਤੇ ਉਹਨਾਂ ਨੇ ਅਲਫੋਂਸਾ ਨਾਮ ਲੈ ਲਿਆ। 12 ਅਗਸਤ 1936 ਵਿਖੇ ਸੰਤਨੀ ਅਲਫੋਂਸਾ ਧਾਰਮੀ ਪ੍ਰਤੀਕਿਆ ਲੈਂਦੇ ਹੋਏ ਇੱਕ ਧਰਮ ਭੈਣ ਬਣ ਗਈ। ਖੁਦਾ ਨੇ ਉਹਨਾਂ ਨੂੰ ਵੱਖ ਵੱਖ ਤਰ੍ਹਾਂ ਦਾ ਰੂਹਾਨੀ ਬਰਕਤਾਂ ਅਤੇ ਆਸ਼ੀਸ਼ਾਂ ਦਿੱਤਾ ਸੀ। ਪਰ ਇਹਦੇ ਨਾਲ ਉਹਨਾਂ ਨੂੰ ਵੱਖ ਵੱਖ ਤਰ੍ਹਾਂ ਤਕਲੀਫਾਂ, ਪਰੇਸ਼ਾਨੀਆਂ, ਖਾਸ ਕਰਕੇ ਬਿਮਾਰੀਆਂ ਵੀ ਦਿੱਤਾ ਸੀ। ਉਹਨਾਂ ਜ਼ਿੰਦਗੀ ਵਿੱਚ ਇਹ ਲਿਖਾ ਹੈ ਕਿ ਸੰਤਨੀ ਅਲਫੋਂਸਾ ਨੇ ਕਦੀ ਤਮਿਲ ਭਾਸ਼ਾ ਸਿੱਖਿਆ ਨਹੀਂ ਸੀ, ਪਰ ਕੁਦਰਤੀ ਤੌਰ 'ਤੇ ਉਹਨਾਂ ਨੂੰ ਇਹ ਭਾਸ਼ਾ ਬੋਲਣ ਲਈ ਗਿਆਨ ਅਤੇ ਸ਼ਕਤੀ ਮਿਲ ਗਈ। ਉਹਨਾਂ ਨੂੰ ਖੁਦਾ ਨੇ ਖਾਸ ਕਰਕੇ ਗਿਆਨ ਦਾ ਵਰਦਾਨ ਦਿੱਤਾ ਸੀ। ਇਸ ਤਰ੍ਹਾਂ ਬਹੁਤ ਸਾਰੇ ਲੋਕ ਉਹਨਾਂ ਦੇ ਕੋਲ ਉਪਦੇਸ਼ ਦੇਣ ਲਈ ਆਉਂਦੇ ਰਹਿੰਦਾ ਸੀ। ਸੰਤਨੀ ਅਲਫੋਂਸਾ ਦੀ ਜ਼ਿੰਦਗੀ 'ਚ ਅਸੀਂ ਪੜ੍ਹਦੇ ਆਵਾਂਗੇ, ਉਹਨਾਂ ਨੇ ਖਾਸ ਕਰਕੇ ਲਿਸੀ ਦੀ ਸੰਤਨੀ ਤਰੇਸੇ ਦੀ ਜ਼ਿੰਦਗੀ ਦੇ ਰਾਗੀ ਪ੍ਰਭਾਵਿਤ ਹੋਇਆ ਸੀ। ਉਹਦੇ ਵਾਂਗ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਵਿਖੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਭਾਵੀਆਂ ਦੀ ਮਨਦਬਦਿਲ ਲਈ ਸਮਰਪਣ ਕੀਤੀ। 1945 ਤੋਂ ਲੈ ਕੇ ਸੰਤਨੀ ਅਲਫੋਂਸਾ ਨੂੰ ਹੋਰ ਵੱਖ ਵੱਖ ਤਰ੍ਹਾਂ ਦਾ ਬਿਮਾਰੀਆਂ ਅਤੇ ਕਲੇਸ਼ ਆਪਣੀ ਜ਼ਿੰਦਗੀ ਵਿੱਚ ਆ ਗਈ। ਉਹਨਾਂ ਨੇ ਖੁਸ਼ੀ ਨਾਲ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਾਹਮਣਾ ਕੀਤਾ ਅਤੇ ਇਹ ਉਹਨਾਂ ਸਾਰੇ ਭਾਵੀ ਲੋਕਾਂ ਲਈ ਸਮਰਪਿਤ ਕੀਤਾ ਤਾਂ ਜੋ ਉਹਨਾਂ ਵਿੱਚ ਬਦਲਾਵ ਆ ਗਏ, ਉਹ ਵੀ ਸੱਚੇ ਖੁਦਾ ਨੂੰ ਜਾਣਨ ਅਤੇ ਉਹਨਾਂ ਦੀ ਪੈਰਵੀ ਕਰਨ। 28 ਜੂਲਾਈ 1946 ਵਿਖੇ ਸੰਤਨੀ ਅਲਫੋਂਸਾ ਦੀ ਮ੍ਰਿਤੀ ਹੋ ਗਿਆ ਅਤੇ ਸੰਤ ਬਾਬਾ ਜੋਨ ਬੋਲ ਦੂਸਰਾ ਨੇ 8 ਫਰਵਰੀ 1986 ਵਿਖੇ ਅਲਫੋਂਸਾ ਨੂੰ ਦਾਨ ਦਾ ਦਰਜਾ ਦਿੱਤਾ ਸੀ। ਬਾਅਦ ਵਿਖੇ ਸੰਤ ਬਾਬਾ ਬੈਨੇਡਿਕ 16 ਨੇ 12 ਅਕਟੋਬਰ 2008 ਨੂੰ ਦਾਨ ਅਲਫੋਂਸਾ ਨੂੰ ਸੰਤਨੀ ਦਾ ਦਰਜਾ ਦਿੱਤਾ ਸੀ ਅਤੇ ਸੰਤਨੀ ਅਲਫੋਂਸਾ ਹੋ ਗਈ। ਅਸੀਂ ਖੁਦਾ ਦਾ ਸ਼ੁਕਰਗੁਜ਼ਾਰੀ ਕਰੀਏ ਕਿ ਖੁਦਾ ਨੇ ਭਾਰਤ ਦੀ ਇੱਕ ਬੇਟੀ ਨੇ ਚੁਣ ਲਿਆ ਅਤੇ ਉਹਨਾਂ ਨੇ ਇੱਕ ਸੰਤਨੀ ਬਣਾਇਆ ਹੈ। ਉਹਨਾਂ ਦੀ ਜ਼ਿੰਦਗੀ ਭਾਰਤ ਦੇ ਹਰ ਇਨਸਾਨ ਦੇ ਲਈ ਇੱਕ ਨਮੂਨਾ ਹੈ, ਜਿਨ੍ਹਾਂ ਨੇ ਆਪਣੀ ਦੁੱਖ ਤਕਲੀਫਾਂ ਵਿੱਚ ਵੀ ਖੁਦਾ ਦੀ ਬੜਿਆਈ ਅਤੇ ਧੰਨਵਾਦ ਕੀਤਾ ਸੀ। ਅਸੀਂ ਖੁਦਾ ਦੇ ਨਾਮ ਵਜਾ ਨੂੰ ਛੇਤੇ ਕਰੀਏ। ਸੰਤ ਯੋਹੰਨਾ ਦੇ ਅੰਜੀਲ 8:12 ਪ੍ਰਭੂ ਯੇਸ਼ੂ ਨੇ ਫਿਰ ਉਹਨਾਂ ਨੂੰ ਆਖਿਆ, ਮੈਂ ਸੰਸਾਰ ਦੀ ਜੋਤੀ ਹਾਂ, ਜੋ ਮੇਰੇ ਪਿੱਛੇ ਆਏਗਾ ਉਹ ਹਨੇਰੇ ਵਿੱਚ ਨਹੀਂ ਚਲੇਗਾ, ਸਗੋਂ
ਜੀਵਨ ਦੀ ਜੋਤੀ ਪ੍ਰਾਪਤ ਕਰੇਗਾ। ਇਹ ਪ੍ਰਭੂ ਸਾਡੇ ਖੁਦਾ ਕੁਆਰੀ ਸੰਤਨੀ ਅਲਫੋਨਸਾ ਨੂੰ ਤੂੰ ਆਪਣੇ ਵਰਦਾਨ ਨਾਲ ਫਰਵੂਰ ਕੀਤਾ। ਇਸ ਦੁਨੀਆਂ ਵਿੱਚ ਉਸਦੀ ਨੇਕੀ ਅਤੇ ਪਿਆਰ ਦਾ ਅਨੁਕਰਨ ਕਰਕੇ ਸੁਰਗਰਾਜ ਵਿੱਚ ਸਦੀਵੀ ਜੀਵਨ ਅਤੇ ਖੁਸ਼ੀ ਦੇ ਭਾਗ ਹੋਣ ਲਈ ਤੂੰ ਸਾਡੀ ਮਦਦ ਕਰ। ਅਸੀਂ ਇਹ ਬੇਨਤੀ ਕਰਦੇਗਾ ਆਪਣੇ ਪ੍ਰਭੂ ਯੇਸ਼ੂ ਮਸੀਹ ਤੇਰੇ ਬੇਟੇ ਦਾ ਰਾਗੀ ਜਿਹੜਾ ਤੇਰੇ ਨਾਲ ਰੂਪ ਆਖ ਸਨੇਕਦਾ ਜੀਵਨ ਦਾ ਦਰਾਜ ਕਰਤਾ ਆ ਗਏ ਸਤਾ ਤੋਂ ਸਤਾ ਤੀਕਰ ਆਮੇਨ। Alphonsa,